ਕਾਰਾਂ ਖੜੀਆਂ ਨੇ, ਪਰ ਇਹਨਾਂ ਨੂੰ ਬਿਨਾਂ ਲਾਇਸੈਂਸ ਦੇ ਚਲਾਉਣਾ ਗੈਰ ਕਾਨੂੰਨੀ ਹੈ ਅਤੇ ਅਜਿਹਾ ਕਰਨ ਵਾਲਿਆਂ ਦਾ ਚਲਾਨ ਕੱਟ ਦਿੱਤਾ ਜਾਂਦਾ ਹੈ ਅਤੇ ਭਾਰੀ ਜੁਰਮਾਨਾ ਵੀ ਕੀਤਾ ਜਾਂਦਾ ਹੈ। ਅਜਿਹੇ ਵਿੱਚ ਸਾਈਕਲ ਇੱਕ ਅਜਿਹੀ ਸਵਾਰੀ ਹੈ ਜਿਸ ਨੂੰ ਚਲਾਉਣ ਲਈ ਕੋਈ ਲਾਇਸੈਂਸ ਵਗੈਰਾ ਨਹੀਂ ਲੈਣਾ ਪੈਂਦਾ, ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕੋਈ ਸਮਾਂ ਅਜਿਹਾ ਵੀ ਸੀ ਜਦੋਂ ਸਾਈਕਲ ਚਲਾਉਣ ਲਈ ਵੀ ਲਾਇਸੈਂਸ ਲੈਣਾ ਪੈਂਦਾ ਸੀ। ਜੀ ਹਾਂ, ਇਹ ਸੱਚ ਹੈ ਕਿ ਕਿਸੇ ਸਮੇਂ ਸਾਈਕਲ ਚਲਾਉਣ ਲਈ ਵੀ ਲਾਇਸੈਂਸ ਦੀ ਲੋੜ ਪੈਂਦੀ ਸੀ। ਇਹ ਸਮਾਂ 70 ਦੇ ਦਹਾਕੇ ਦਾ ਸੀ। ਇਸ ਤਸਵੀਰ ਵਿੱਚ ਤੁਸੀਂ ਸਾਈਕਲ ਲਾਇਸੈਂਸ ਦੀ ਇੱਕ ਪੁਰਾਣੀ ਕਾਪੀ ਨੂੰ ਸਾਫ਼ ਦੇਖ ਸਕਦੇ ਹੋ ਜੋ 1 ਅਪ੍ਰੈਲ 1972 ਤੋਂ 31 ਮਾਰਚ 1973 ਤੱਕ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਸਾਈਕਲ ਲਈ ਜਾਰੀ ਕੀਤੇ ਗਏ ਲਾਇਸੈਂਸ ਅਤੇ ਬਕਾਇਦਾ ਸਾਈਕਲ ਨੰਬਰ, ਕੰਪਨੀ ਦਾ ਨਾਮ ਭਾਵ ਕਿ ਉਹ ਕਿਹੜੀ ਕੰਪਨੀ ਦਾ ਸਾਈਕਲ ਹੈ ਅਤੇ ਰਜਿਸਟ੍ਰੇਸ਼ਨ ਨੰਬਰ ਵੀ ਲਿਖੇ ਹੁੰਦੇ ਸਨ। ਇਹ ਲਾਇਸੈਂਸ ਪੰਚਾਇਤ ਸੰਮਤੀ ਵੱਲੋਂ ਜਾਰੀ ਕੀਤੇ ਸਨ ਅਤੇ ਇਸ ਦੀ ਫੀਸ ਉਸ ਸਮੇਂ ਮਹਿਜ਼ 2 ਰੁਪਏ ਵਸੂਲੀ ਜਾਂਦੀ ਸੀ। ਭਾਵੇਂ ਕਿ ਸਾਡੇ ਦੇਸ਼ ਵਿੱਚ ਅੱਜ ਵੀ ਸਾਈਕਲ ਚਲਾਉਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਆਮ ਲੋਕਾਂ ਵਿੱਚ ਹਾਲੇ ਵੀ ਇਸ ਨੂੰ ਸ਼ਾਨ ਦੀ ਸਵਾਰੀ ਮੰਨਿਆ ਜਾਂਦਾ ਹੈ, ਪਰ ਹੁਣ ਸਾਈਕਲ ਨੂੰ ਚਲਾਉਣ ਲਈ ਕੋਈ ਲਾਇਸੈਂਸ ਨਹੀਂ ਲੈਣਾ ਪੈਂਦਾ। ਇਸ ਲਈ ਬੇਝਿਜਕ ਸਾਈਕਲ ਚਲਾਓ ਅਤੇ ਆਪਣੀ ਸਿਹਤ ਨੂੰ ਫਿੱਟ ਰੱਖੋ। ਬਿਊਰੋ ਰਿਪੋਰਟ, ਸਪੋਕਸਮੈਨ TV।